ਜਿਹਦਾ ਇਮਾਨ ਦਾਦਾ ਹੈ ਸੁਭਾਨ ਅੱਲਾਹ ਕਹਿ ਦੇਵੇ ਅੱਲਾਹ ਦਾ ਸੁਭਾਨ ਆਖਿਰ ਮੈਨੂੰ ਆਖ ਕੇ ਦੋ ਦਿਨ ਸ਼ੇਰ ਪੜ੍ਹ ਕੇ ਆਪਣੀ ਹਾਜ਼ਰੀ ਸਮੇਟ ਰਹਾ ਹੂੰ ਮੈਂ ਤਲੀਆਂ ਨਬੀ ਦੀਆਂ ਚੁੰਮਦਾ ਸੁਭਾਨ ਅੱਲਾਹ ਕਹਿ ਦੇਵੇ ਮੈਂ ਤਲੀਆਂ ਨਬੀ ਦੀਆਂ ਚੁੰਮਦਾ 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 ਜੇ ਮੈਂ ਹੁੰਦਾ ਖਾਕ ਮਦੀਨੇ ਦੀ ਮੈਂ ਤਲੀਆਂ ਨਬੀ ਦੀਆਂ ਚੁੰਮਦਾ ਜੇ ਮੈਂ ਹੁੰਦਾ ਖਾਕ ਮਦੀਨੇ ਦੀ ਮੈਂ ਰਾਵਾਂ ਮਲ ਮਲ ਬਹਿੰਦਾ ਤਸੱਵਰ ਤੇ ਕਰੋ ਯਾਰ ਉਹ ਕੀ ਵਕਤ ਹੋਏਗਾ ਸ਼ਾਇਦ ਨੇ ਉਸ ਵਕਤ ਦੀ ਤਸਵੀਰ ਖਿੱਚਣੀ ਤੁਸੀਂ ਵੀ ਹਜੇ ਵੀ ਸਿਰ ਹੀ ਮਾਰੀ ਜਾਂਦੇ ਪਏ ਹੋ ਸੁਭਾਨ ਅੱਲਾਹ ਕਹਿ ਦਿਓ ਮੈਂ ਤਲੀਆਂ ਨਬੀ ਦੀਆਂ ਚੁੰਮਦਾ ਮੈਂ ਤਲੀਆਂ ਨਬੀ ਦੀਆਂ ਚੁੰਮਦਾ ਜੇ ਮੈਂ ਹੁੰਦਾ ਖਾਕ ਮਦੀਨੇ ਦੀ ਮੈਰਾਵਾਂ ਮਲ ਮਲ ਬਹਿੰਦਾ ਕਾਲੀ ਨੁਮਾਨ ਸਾਹਿਬ ਮੈਂ ਰਾਵਾਂ 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 ਮੈਂ ਰਾਵਾਂ ਮਲ ਮਲ ਬਹਿੰਦਾ ਮੈਂ ਰਾਵਾਂ ਮਲ ਮਲ ਬਹਿੰਦਾ ਮੈਂ ਰਾਵਾਂ ਮਲ ਮਲ ਬਹਿੰਦਾ ਜੇ ਮੈਂ ਹੁੰਦਾ ਖਾਕ ਮਦੀਨੇ ਦੀ ਅੱਜ ਤੁਸੀਂ ਵੀ ਕੁਰਾਨ ਸੁਣਿਆ ਏ ਕਾਰੀ ਅਤਾ ਰਮਾਨ ਸਾਹਿਬ ਨੇ ਕੁਰਾਨ ਪੜ੍ਹਿਆ ਜਿਹਨੂੰ ਠੰਡ ਪਈ ਹੈ ਕਵੇ ਸੁਭਾਨ ਅੱਲਾ ਉਹ ਵੀ ਕੀ ਵੇਲਾ ਹੋਵੇਗਾ ਮੇਰੇ ਨਬੀ ਕੁਰਾਨ ਸੁਣਾਉਂਦੇ ਸਨ ਆਖੋ ਯਾਰ ਸੁਭਾਨ ਅੱਲਾ ਮੇਰੇ ਨਬੀ ਕੁਰਾਨ ਸੁਣਾਉਂਦੇ ਸਨ ਅੱਜ ਤੁਸੀਂ ਸੁਣਿਆ ਏ ਉਦੋਂ ਚੁੱਪ ਬੈਠ ਸਾਹਾਬਾ ਸੁਣਦੇ ਸਨ ਮੇਰੇ ਨਬੀ ਕੁਰਾਨ ਸੁਣਾਉਂਦੇ ਸਨ ਚੁੱਪ ਬੈਠ ਸਾਹਾਬਾ ਸੁਣਦੇ ਸਨ ਮੈਂ ਗੱਲਾਂ ਨਬੀ ਦੀਆਂ ਸੁਣਦਾ ਮੈਂ ਗੱਲਾਂ ਨਬੀ ਦੀਆਂ ਸੁਣਦਾ ਬੋਲੋ ਮੈਂ ਗੱਲਾਂ ਨਬੀ ਦੀਆਂ ਸੁਣਦਾ ਜਿਵੇਂ ਹੁੰਦਾ ਖਾਕ ਮਦੀਨੇ ਦੀ ਮੈਂ ਗੱਲਾਂ ਨਬੀ ਦੀਆਂ ਸੁਣਦਾ ਜਿਵੇਂ ਹੁੰਦਾ ਖਾਕ ਮਦੀਨੇ ਦੀ ਮੈਂ ਮਲ ਮਲ ਬਹਿੰਦਾ ਮੈਂ ਰਾਵਾਂ 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 ਮਲ ਮਲ ਬਹਿੰਦਾ ਜਿਵੇਂ ਹੁੰਦਾ ਖਾਕ ਮਦੀਨੇ ਦੀ ਆਖਰੀ ਸ਼ੇਰ ਕਵੋ ਸੁਭਾਨ ਅੱਲਾ ਉਹਦੇ ਬੜੇ ਸਨ ਲੇਕਿਨ ਟਾਈਮ ਬੜਾ ਹੋ ਗਿਆ ਇੱਕ ਬੋਲਣਾ ਸੁਭਾਨ ਅੱਲਾ ਮੇਰੇ ਨਬੀ ਨੇ ਚੰਨ ਨੂੰ ਤੋੜੇ ਅਸੀਂ ਅੱਲਾਹ ਖਾਲੀ ਤੋੜਿਆ ਨਹੀਂ ਸੀ ਫਿਰ ਤੋੜ ਕੇ ਉਹਨੂੰ ਜੋੜੇ ਅਸੀਂ ਆਏ ਹਾਏ ਉਮਤੀ ਉਹ ਕਹੋ ਸੁਭਾਨ ਅੱਲਾ ਮੇਰੇ ਨਬੀ ਨੇ ਚੰਨ ਨੂੰ ਤੋੜੇ ਅਸੀਂ ਨਾਲੇ ਤੋੜ ਕੇ ਉਹਨੂੰ ਜੋੜੇ ਅਸੀਂ ਮੇਰੇ ਨਬੀ ਨੇ ਚੰਨ ਨੂੰ ਤੋੜੇ ਅਸੀਂ
ਚੰਨ ਨੂੰ ਤੋੜਿਆ ਸੀ ਨਾਲੇ ਤੋੜ ਕੇ ਉਹਨੂੰ ਜੋੜਿਆ ਸੀ ਕਦੀ ਮੈਂ ਵੀ ਉਹ ਮੰਜ਼ਰ ਤੱਕਦਾ ਕਦੀ ਮੈਂ ਵੀ ਉਹ ਮੰਜ਼ਰ ਤੱਕਦਾ ਜੇ ਮੈਂ ਹੁੰਦਾ ਖਾਕ ਮਦੀਨੇ ਦੀ ਕਦੀ ਮੈਂ ਵੀ ਉਹ ਮੰਜ਼ਰ ਤੱਕਦਾ ਜੇ ਮੈਂ ਹੁੰਦਾ ਖਾਕ ਮਦੀਨੇ ਦੀ ਆਖਰੀ ਵਾਰੀ ਮਿਲ ਕੇ ਕਹਿ ਦਿਓ ਮੈਂ ਰਾਵਾਂ ਮਲ ਮਲ ਬੈਦਾ ਮੈਂ ਰਾਵਾਂ ਮਲ ਮਲ ਬੈਦਾ ਜੇ ਮੈਂ ਹੁੰਦਾ ਖਾਕ ਮਦੀਨੇ